ਖਬਰ ਹੈ ਖੇਤੀਬਾੜੀ ਨਾਲ ਜੁੜੀ ਹੋਈ ਤੇ ਨਾਲ ਜੋ ਮੌਸਮ ਚੇਂਜ ਹੋ ਰਹੇ ਨੇ ਵਾਤਾਵਰਣ ਦੇ ਚੇਂਜ ਆ ਰਿਹਾ ਹੈ ਪੰਜਾਬ ਦੇ ਲਈ ਖੇਤੀਬਾੜੀ ਦੇ ਲਈ ਤੇ ਕਿਸਾਨਾਂ ਦੇ ਲਈ ਉਹ ਖਬਰ ਬਹੁਤ ਜ਼ਰੂਰੀ ਆ ਮਿੰਟੂ ਜੀ ਕੀ ਹੈ ਪੂਰੀ ਖਬਰ ਤੇ ਰਿਪੋਰਟ ਸਾਹਮਣੇ ਆਈ ਹੈ ਹਾਂ ਜੀ ਹਾਂ ਜੀ ਇਹ ਨਾ ਆਪਣੀ ਇਹੀ ਜਿਹੜੀ ਹੈਗੀ ਆ ਖੇਤੀਬਾੜੀ ਯੂਨੀਵਰਸਿਟੀ ਇਹਨਾਂ ਦੇ ਜਿਹੜੇ ਮਾਹਰ ਨੇ ਇਹਨਾਂ ਨੇ ਇੱਕ ਰਿਪੋਰਟ ਤਿਆਰ ਕੀਤੀ ਹੈ ਅਧਿਐਨ ਕੀਤਾ ਮੈਂ ਬੜੇ ਲੰਮੇ ਸਮੇਂ ਤੋਂ ਪਰਸਨਲੀ ਇਸ ਚੀਜ਼ ਨੂੰ ਉਡੀਕਦਾ ਸੀਗਾ ਕਿ ਦੇਖੋ ਅਸੀਂ ਖੇਤੀ ਪ੍ਰਧਾਨ ਸੂਬਾ ਖਵਾਉਨੇ ਆ ਸਾਡੀ ਇਕਨੋਮੀ ਦੇ ਵਿੱਚ ਖੇਤੀ ਦਾ ਚੌਥਾ ਹਿੱਸਾ ਜਿਹੜਾ ਉਹ ਯੋਗਦਾਨ ਹੈ ਤੇ ਸਾਡੀ ਬਹੁਤ ਵੱਡੀ ਵਸੋਂ ਜਿਹੜੀ ਹੈ ਮਤਲਬ ਕਿ ਜੇ ਤੁਸੀਂ ਹੁਣ ਸ਼ਹਿਰੀ ਵਸੋਂ ਵੀ ਦੇਖੋਗੇ ਸ਼ਹਿਰੀ ਵਸੋਂ ਦਾ ਵੀ ਇੱਕ ਬਹੁਤ ਵੱਡਾ ਹਿੱਸਾ ਖੇਤੀ ਤੇ ਨਿਰਭਰਿਆ ਉਹਨਾਂ ਦੇ ਕਾਰੋਬਾਰ ਆੜ ਤੈਜੀ ਸ਼ੈੱਲਰ ਹੈ ਜੀ ਫਲਾ ਹੈ ਜੀ ਟਰਾਂਸਪੋਰਟੇਸ਼ਨ ਹੈ ਤਾਂ ਮਤਲਬ ਕਿ ਜਿਹੜੀ ਸਾਡੀ ਇਕਨੋਮੀ ਜਿਹਦੀ ਬੈਕਬੋਨ ਖੇਤੀ ਕਹਿ ਸਕਦੇ ਆਪਾਂ ਤਾਂ ਉਸ ਖੇਤੀ ਤੇ ਜਿਹੜਾ ਕਲਾਈਮੇਟ ਦਾ ਅਸਰ ਪੈ ਰਿਹਾ ਹੈ ਕਲਾਈਮੇਟ ਚੇਂਜ ਦਾ ਕਿ ਭਾਈ ਇਹਦੇ ਤੇ ਕੋਈ ਰਿਸਰਚ ਵਗੈਰਾ ਕਿਉਂ ਨਹੀਂ ਹੁੰਦੀ ਅਸੀਂ ਮੁੱਦਾ ਵੀ ਚੁੱਕਿਆ ਪਿਛਲੇ 2-3 ਸਾਲ ਦੇ ਦੌਰਾਨ ਤੱਕ खासा ਜਿਆਦਾ ਇਹਦੇ ਤੇ ਚਰਚਾ ਵੀ ਹੋਇਆ ਪਰ ਹੁਣ ਅਖੀਰ ਦੇ ਵਿੱਚ ਜਾ ਕੇ ਇਹਨਾਂ ਨੇ ਇੱਕ ਰਿਪੋਰਟ ਜਿਹੜੀ ਹੈ ਉਹ ਸ਼ਾਇਆ ਕੀਤੀ ਹੈ ਤੇ ਇਹਦੇ ਵਿੱਚ ਜਿਹੜੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਾਹਰ ਨੇ ਅਰਥਸ਼ਾਸਤਰੀ ਨੇ ਵਿਗਿਆਨਿਕ ਨੇ ਉਹਨਾਂ ਸਾਰਿਆਂ ਨੇ ਰਲ ਕੇ ਇਹ ਇੱਕ ਸਿੱਟਾ ਕੱਢਿਆ ਹੈ ਕਿ ਦੇਖੋ 2050 ਤੱਕ ਜੀ ਕਲਾਈਮੇਟ ਚੇਂਜ ਦੇ ਚੱਲਦਿਆਂ ਮਤਲਬ ਕਿ ਅੱਜ ਅਸੀਂ 23 ਚਾ ਮੋਟਾ ਜਲਾਲੂ ਕੇ 25 ਸਾਲ ਬਾਅਦ ਜੀ ਸਾਡੇ ਚ ਬਹੁਤ ਸਾਰੇ ਲੋਕ ਉਹ ਦੋ ਨਹੀਂ ਹੋਣਗੇ ਸੰਸਾਰ ਤੇ ਪਰ ਇਹ ਸ੍ਰਿਸ਼ਟੀ ਦਾ ਨਿਯਮ ਹੈ ਨਾ ਪੀੜ੍hiyan ਚੱਲਦੀਆਂ ਰਹਿੰਦੀਆਂ ਨੇ ਖੇਤ ਵਗਦੇ ਰਹਿੰਦੇ ਨੇ ਜੀ ਫਸਲਾਂ ਬਦਲਦੀਆਂ ਰਹਿੰਦੀਆਂ ਨੇ ਤਾਂ ਇਹਨਾਂ ਦਾ ਜਿਹੜਾ ਸਿੱਟਾ ਹੈ ਇਹ ਕਹਿੰਦੇ ਆ ਕਿ 2050 ਤੱਕ ਪੈਦਾਵਾਰ ਦੇ ਵਿੱਚ ਕਮੀ ਆਏਗੀ ਪੈਦਾਵਾਰ ਮਤਲਬ ਕਿ ਜੋ ਸਾਡੀ ਖੇਤੀਬਾੜੀ ਪੈਦਾਵਾਰ ਆ ਤਾਂ ਪੈਦਾਵਾਰ ਦੇ ਵਿੱਚ 13% ਤੱਕ ਕਹਿੰਦੇ ਆ ਕਿ ਕਪਾਹ ਘਟ ਜਾਏਗੀ ਕਪਾਹ ਮਤਲਬ ਨਰਮਾ ਨਰਮਾ ਕਪਾਹ ਤਾਂ ਆਪਣੇ ਵੈਸੇ ਬਹੁਤ ਘੱਟ ਹੁਣ ਬੀਜਦੇ ਆ ਨਾ ਸ਼ਬਦ ਹੀ ਇਸਤੇਮਾਲ ਕੀਤਾ ਜਾਂਦਾ ਕਪਾਸ ਜੀ ਕਪਾਹ ਪਰ ਨਰਮਾ ਬੇਸਿਕਲੀ ਤਾਂ ਉਹਦਾ ਕਹਿੰਦੇ ਕਿ 13% ਝਾੜ ਘਟ ਜਾਏਗਾ ਤੇ ਇਸ ਤੋਂ ਇਲਾਵਾ ਮੱਕੇ ਦੀ ਪੈਦਾਵਾਰ ਤੇ ਵੀ ਅਸਰ ਪਵੇਗਾ ਪਰ ਇੱਕ ਚੀਜ਼ ਜਿਹੜੀ ਹੈ ਉਹ ਸੁਖਦ ਹੈ ਕਿ ਚੌਲਾਂ ਦੇ ਪੈਦਾਵਾਰ ਸਿਰਫ 1% ਡਿੱਗੇਗੀ ਇਹ ਹੁਣ ਸੁਖਦ ਵੀ ਹੈ ਦੁਖਦ ਵੀ ਹੈ ਦੁਖਦ ਵੀ ਹੈ ਤੇ ਦੂਸਰੇ ਪਾਸੇ ਕਣਕ ਦੇ ਝਾੜ ਤੇ ਕੋਈ ਬਹੁਤਾ ਅਸਰ ਨਹੀਂ ਪਵੇਗਾ ਇਹ ਇਹਨਾਂ ਦੀ ਰਿਪੋਰਟ ਹੈ ਹੁਣ ਦੇਖੋ ਇਸ ਰਿਪੋਰਟ ਦੇ ਆਧਾਰ ਤੇ ਜੇ ਆਪਾਂ ਦੇਖੀਏ ਤਾਂ ਫਿਰ ਸਾਨੂੰ ਡਾਈਵਰਸੀਫਿਕੇਸ਼ਨ ਬਾਰੇ ਜੋ ਅਸੀਂ ਇੱਕ ਸੋਚ ਰੱਖਦੇ ਹਾਂ ਤਾਂ ਉਹਦੇ ਤੇ ਫਿਰ ਗੰਭੀਰਤਾ ਨਾਲ ਸੋਚਣਾ ਚਾਹੀਦਾ ਹੈ ਨਾ ਕਿਉਂ ਕਿ ਕਿਉਂਕਿ ਜਿਹੜੀ ਵਿਭਿੰਨਤਾ ਹੈ ਉਹਦੇ ਵਿੱਚ ਸਾਡਾ ਨਰਮੇ ਹਿੱਟਲਾ ਰਕਬਾ ਬਹੁਤ ਰਹਿੰਦਾ ਹੈ ਪਿਛਲੀ ਵਾਰੀ ਜਿਹੜਾ ਸਾਡਾ ਬਾਈ ਦਾ ਟੀਚਾ ਸੀ ਉਹ 4 ਲੱਖ ਹੈਕਟੇਅਰ ਦਾ ਸੀਗਾ ਮਾਲਵਾ ਇੱਕ ਵੱਡਾ ਏਰੀਆ ਹੈ ਨਰਮੇ ਦਾ ਮਾਲਵਾ ਸਾਰਾ ਤਾਂ ਨਹੀਂ ਕਹਿ ਸਕਦੇ ਆ ਪਰ ਬਰਨਾਲਾ ਦੇ ਦੋ ਤਿੰਨ ਜ਼ਿਲ੍ਹੇ ਜ਼ਿਆਦਾ ਉਬੀਜਦੇ ਸੀਗੇ ਅੱਗੇ ਖਾਸ ਤੌਰ ਤੇ ਜੇ ਤੁਸੀਂ ਦੇਖੋਗੇ ਤਾਂ ਇਹ ਨਰਮਾ ਬੈਲਟ ਸੀ ਮਲੋਟ ਵਾਲੀ ਜੀ ਬਠਿੰਡਾ ਮਾਨਸਾ ਕੁਝ ਹੱਦ ਤੱਕ ਸੰਗਰੂਰ ਬਰਨਾਲਾ ਨਾਲ ਲੱਗ ਗਏ ਤੇ ਇਹ ਬੈਲਟ ਤੁਰ ਹੀ ਆਉਂਦੀ ਸੀਗੀ ਤਾਂ ਇਹਦੇ 'ਚ ਕੀ ਸੀਗਾ ਕਿ ਪਿਛਲਾ ਟੀਚਾ ਜਿਹੜਾ ਸੀਗਾ ਸਾਡਾ 4 ਲੱਖ ਏਕਟੇਅਰ ਦਾ ਸੀਗਾ ਤਾਂ 4 ਨੂੰ 2.5 ਨਾਲ ਹੁਣ ਗੁਣਾ ਕਰ ਲੋ ਕਿੰਨੇ ਕਿੱਲੇ ਬਣ ਗਏ ਤਕਰੀਬਨ ਲਾ ਲੋ ਕਿ 10 ਲੱਖ ਕਿੱਲਾ ਜੀ ਇਹਨਾਂ ਨੇ 10 ਲੱਖ ਕਿੱਲੇ ਹੇਠ ਨਰਮਾ ਜਿਹੜਾ ਸੀਗਾ ਰਕਬੇ ਹੇਠ ਲਿਆਉਣ ਦਾ ਟੀਚਾ ਰੱਖਿਆ ਸੀ ਜਿਹੜਾ ਕਿ ਅੱਧ ਪਚੱਦ ਰਹਿ ਗਿਆ ਜੀ ਪਰ ਫੇਰ ਵੀ ਤੁਸੀਂ ਦੇਖੋ ਬਾਵਜੂਦ ਇਸ ਦੇ ਕਿ ਅਸੀਂ ਕੋਈ 4-5 ਲੱਖ ਕਿੱਲਾ ਜਿਹੜਾ ਉਹ ਨਰਮੇ ਹੇਠ ਲਿਆਉਨੇ ਆ ਪਰ ਜੇ ਝਾੜ ਡਿੱਗਣਾ ਸਟਾਰਟ ਹੋ ਜਾਏਗਾ ਔਰ ਝਾੜ ਡਿੱਗੀ ਜਾਏਗਾ ਡਿੱਗੀ ਜਾਏਗਾ ਤਾਂ ਮਤਲਬ ਕਿ 5% 10% ਤਾਂ ਉਧਰੋਂ ਜਿਹੜੀ ਇਨਪੁਟ ਕਾਸਟ ਆ ਉਹ ਤਾਂ ਡਿੱਗਣੀ ਨਹੀਂ ਹੈ ਨਾ ਉਹ ਤਾਂ ਵਧਣੀ ਹੈ ਤੇ ਇਹਦਾ ਮਤਲਬ ਇਹ ਆ ਕਿ ਫਿਰ ਜਦੋਂ ਝਾੜ ਘਟੇਗਾ ਉਤਪਾਦਨ ਘਟੇਗਾ ਮੁਨਾਫਾ ਪ੍ਰਭਾਵਿਤ ਹੋਏਗਾ ਤਾਂ ਫਿਰ ਇੱਕ ਮੌਕਾ ਅਜੇਹਾ ਵੀ ਆਉਂਦਾ ਜਦੋਂ ਕਿਸਾਨ ਕਹਿੰਦਾ ਕਿ ਦਫਾ ਕਰੋ ਇਹ ਫਸਲ ਬੀਜਣੀ ਨਹੀਂ। ਤਾਂ ਮੱਕੀ ਵੀ ਇੱਕ ਵਿਭਿੰਨਤਾ ਦੇ ਮਾਮਲੇ 'ਚ ਸਾਡੇ ਕੋਲ ਅੱਛਾ ਆਪਸ਼ਨ ਹੈ। ਤਾਂ ਉਹ ਜੇ ਪ੍ਰਭਾਵਿਤ ਹੋਏਗੀ ਤਾਂ ਉਹਦੇ ਨਾਲ ਵੀ ਕਿਤੇ ਨਾ ਕਿਤੇ ਸਾਡੀ ਜਿਹੜੀ ਇਹ ਪਾਲਿਸੀ ਅਸੀਂ ਲਿਆ ਕੇ ਤੇ ਚਾਹੁੰਦੇ ਆ ਕਿ ਡਾਈਵਰਸੀਫਿਕੇਸ਼ਨ ਨੂੰ ਅਸੀਂ ਹੋਰ ਤਰਜੀਹ ਦਈਏ ਤਾਂ ਪ੍ਰਭਾਵਿਤ ਹੋਵਾਂਗੇ ਕਿਤੇ ਨਾ ਕਿਤੇ ਫਿਰ ਇਸ ਤੋਂ ਇਲਾਵਾ ਇੱਕ ਚੀਜ਼ ਵੇਖਣ ਵਾਲੀ ਆ ਕਿ ਜੇ ਚੌਲਾਂ ਦਾ ਉਤਪਾਦਨ ਨਹੀਂ ਡਿਗੇਗਾ ਉਹ ਠੀਕ ਹੈ ਸੁਖਦ ਵੀ ਹੈ ਦੁਖਦ ਵੀ ਹੈ ਪਰ ਪਾਣੀ ਦੀ ਖਪਤ ਤਾਂ ਸਭ ਤੋਂ ਜ਼ਿਆਦਾ ਉੱਥੇ ਆ ਜੀ ਕਣਕ ਤੋਂ ਆਪਾਂ ਕਹਿ ਸਕਦੇ ਹਾਂ ਕਿ ਠੀਕ ਹੈ ਕਣਕ ਦੀ ਫਸਲ ਸਰਦੀਆਂ ਸਰਦੀਆਂ ਚ ਪੱਕ ਜਾਂਦੀ ਆ ਤੇ ਚਲੋ ਠੀਕ ਠਾਕ ਆ ਪਰ ਰੋਲਾ ਇਹੀ ਆ ਕਿ ਸਾਨੂੰ ਹੁਣ ਕਿਸੇ ਨਾ ਕਿਸੇ ਪੱਖ ਤੋਂ ਸੋਚਣਾ ਪਵੇਗਾ ਕਿ ਅਸੀਂ ਇੱਕ ਤੇ ਆ ਕਿ ਹੁਣ ਜਿੱਦਾਂ ਮਾਨ ਸਾਹਿਬ ਇਨਵੈਸਟਮੈਂਟ ਵਾਸਤੇ ਤੁਰੇ ਫਿਰਦੇ ਆ, ਅੱਛੀ ਗੱਲ ਆ। ਤੁਰਨਾ ਚਾਹੀਦਾ ਨਾਲੇ ਥੋੜੀ ਮਿਹਨਤ ਹੋ ਜਾਂਦੀ ਆ, ਥੋੜਾ ਤੁਹਾਡਾ ਸਰੀਰ ਠੀਕ ਰਹਿੰਦਾ। ਐਵੇਂ ਖਾ ਕੇ ਸਮੋਸੇ, ਡੋਸੇ ਉੱਥੇ ਬੈਠੇ ਰਹਿੰਦੇ ਹੋ, ਨਿਕਲੋ ਬਾਹਰ। ਨਿਕਲੋ ਬਾਹਰ ਹੀ ਨਿਕਲਣਾ ਹੀ ਪੈਣਾ ਤੁਹਾਨੂੰ। ਨਹੀਂ ਤਾਂ ਲੋਕ ਸੱਤਾ ਤੋਂ ਬਾਹਰ ਕਰ ਦਿੰਦੇ ਨੇ। ਲੋਕ ਬੜੇ ਅਥਰੇ ਨੇ। ਬੜਾ ਅਥਰਾ ਸੁਭਾਅ ਹੁੰਦਾ ਹੈ। ਤੋਂ ਭਾਈ ਠੀਕ ਹੈ ਇਨਵੈਸਟਮੈਂਟ ਲੈ ਕੇ ਪਰ ਉਹਦੇ ਚ ਜੇ ਤੁਸੀਂ ਖੇਤੀ ਆਧਾਰਿਤ ਇੰਡਸਟਰੀ ਜਿਹੜੀ ਉਹ ਪਰਫੁੱਲਤ ਕਰੋ ਤਾਂ ਬਿਹਤਰ ਹੋਏਗਾ ਉਹ ਵੀ ਜੀ ਉਹ ਵੀ ਵਧੀਆ ਆਪਸ਼ਨ ਹੈ ਦੂਜੀ ਚੀਜ਼ ਇਹ ਹੈ ਕਿ ਸਾਨੂੰ ਇਹ ਵੇਖਣਾ ਪਾਏਗਾ ਕਿ ਹੁਣ ਜਿਹੜੀ ਸਾਡੀ ਸਿੰਚਾਈ ਦੀ ਵਿਧੀ ਹੈ ਯਾਨੀ ਹੁਣ ਕਿਉਂਕਿ ਕੋਈ ਵੀ ਫਸਲ ਹੋਣੀ ਹੈ ਹੁਣੀ ਤਾਂ ਪਾਣੀ ਨਾਲ ਆ ਨਾ ਜੀ ਕਿ ਉਹਨੂੰ ਅਸੀਂ ਕਿਵੇਂ ਬਦਲ ਸਕਦੇ ਆ ਡਾਈਵਰਸੀਫਿਕੇਸ਼ਨ ਉਹ ਤਾਂ ਇੱਕ ਮੁੱਦਾ ਹੈਗਾ ਨਾ ਜ਼ੇਰੇ ਵੈਸ ਕਿ ਅਸੀਂ ਸਿੰਚਾਈ ਦੀ ਵਿਧੀ ਜਿਹੜੀ ਹੈ ਕਿ ਉਹ ਬਦਲ ਸਕਦੇ ਜਿੱਦਾਂ ਕੋਈ ਫੁਆਰਾ ਖੇਤੀ ਹੈ ਜਾਂ ਹੋਰ ਖੇਤਾਂ ਦੇ ਵਿੱਚ ਡਿੱਗ ਬਣਾ ਕੇ ਥੋੜਾ ਮਤਲਬ ਕਿ ਕੱਢਿਆ ਜਾ ਸਕਦਾ ਹੈ ਇਹਦਾ ਕੋਈ ਹੱਲ ਆ ਜੀ ਜਾਂ ਜਿਹੜੇ ਟਿੱਬੇ ਪਏ ਨੇ ਅਸੀਂ ਉਹਨਾਂ ਤੇ ਹੁਣ ਮਿਲਟਸ ਦਾ ਜਮਾਨਾ ਆ ਰਿਹਾ ਜਿੱਥੇ ਵੀ ਟਿੱਬੇ ਵਗੈਰਾ ਨੇ ਬਥੇਰੇ ਹੈਗੇ ਨੇ ਹਾਲੇ ਵੀ ਉਹ ਲੋਕ ਚੱਕੀ ਜਾਂਦੇ ਆ ਮਿੱਟੀ ਵੇਚੀ ਜਾਂਦੇ ਆ ਤਾਂ ਉਹਨੂੰ ਹਣ ਵੀ ਆ ਕੇ ਇੱਥੇ ਝੋਨਾ ਲਾ ਗਏ ਜੇ ਦਾ ਵਾਦਵਾ ਉਹ ਜਿੰਨੇ ਕੋ ਹੈਗੇ ਉਹ ਵੀ ਵਿਚਾ ਲੋ ਡਾਕੂਮੈਂਟਸ ਦੀ ਵੀ ਕੀਮਤ ਮਿਲਣੀ ਆ ਤੁਹਾਨੂੰ ਜੀ ਉਥੇ ਕਿਵੇਂ ਪਾਣੀ ਛਾੜਨਾ ਹੈ ਉਹਦੀ ਮੈਂ ਉਹੀ ਕਹਿ ਰਿਹਾ ਨਾ ਕਿ ਤੁਹਾਨੂੰ ਇਸ ਪੱਖ ਤੋਂ ਵੀ ਵਿਗਿਆਨਕ ਢੰਗ ਨਾਲ ਸੋਚਣਾ ਸ਼ੁਰੂ ਕਰਨਾ ਚਾਹੀਦਾ ਹੈ ਵਧੀਆ ਗੱਲ ਹੈ ਰਿਪੋਰਟ ਜਿਹੜੀ ਆ ਗਈ ਹੈ ਸਾਡੇ ਕੋਲ ਜੀ ਜੀ ਇਸ ਦੇ ਨਾਲ ਜਸਪੀ ਤੌਜ਼ਲਾ ਦੇ ਵੱਲੋਂ ਸਾਨੂੰ ਸਹਿਯੋਗ ਦਿੱਤਾ ਗਿਆ ਤੁਹਾਡਾ ਬਹੁਤ ਬਹੁਤ ਧੰਨਵਾਦ ਇਸ ਸਾਨੂੰ ਤੁਹਾਡੇ ਸਹਿਯੋਗ ਦਾ ਇੰਤਜ਼ਾਰ ਰਹਿੰਦਾ ਹੈ ਤੇ ਇਸ ਪਿਆ ਕਿ ਤੁਹਾਡੇ ਨਾਲ ਹਰ ਰੋਜ਼ ਹਾਜ਼ਰ ਵੀ ਹੁੰਨੇ ਆ ਜੀ ਇਸ ਨਾਲ ਇੱਕ ਕਰੋਨ ਪੰਜਾਬੀ ਦਾ ਕਮੈਂਟ ਵੀ ਆਸੀ ਉਹ ਕਹਿੰਦੇ ਜਿਵੇਂ ਜਿਵੇਂ ਲੋਕਾਂ ਦੀ ਪਰਚੇਸਿੰਗ ਪਾਵਰ ਵਧਿਆ ਉਵੇਂ-ਉਵੇਂ ਰਾਜ ਤੇ ਕਣਕ ਦੀ ਡਿਮਾਂਡ ਵੀ ਵੱਧ ਰਹੀ ਆ ਨਹੀਂ ਉਹ ਤਾਂ ਸਾਰਾ ਜੀ ਗੱਲ ਇਹ ਨਾ ਕਿ ਪਰਚੇਸਿੰਗ ਪਾਵਰ ਵਧੇਗੀ ਇੰਡੀਆ ਦੇ ਵਿੱਚ ਤਾਂ ਇਹ ਹੈ ਕਿ ਭਈ ਵਨਾਜ ਵਧਿਆ ਖਾਏਗਾ ਬੰਦਾ ਪਰ ਹੁਣ ਇਹਨਾਂ ਦੇ ਮੁਕਾਬਲੇ ਮਿਲਟਸ ਲਿਆ ਰਹੇ ਨੇ ਇਹ ਮੁਕਾਬਲੇਬਾਜ਼ੀ ਚ ਵੀ ਤਾਂ ਟਿਕਣਾ ਨਾ ਤੁਸੀਂ ਆਰਗੈਨਿਕ ਆ ਰਿਹਾ ਜੀ ਤਾਂ ਬਾਜ਼ਾਰ ਵੀ ਦੇਖਣਾ ਹੈ ਨਾ ਤੁਸੀਂ ਬਾਜ਼ਾਰ ਦੀ ਡਿਮਾਂਡ ਕੀ ਹੈ ਪਰਚੇਸਿੰਗ ਪਾਵਰ ਜੇ ਹੈਗੀ ਆ ਤਾਂ ਉਥੇ ਫਿਰ ਮੁਕਾਬਲੇਬਾਜ਼ੀ ਵੀ ਵਧੇਗੀ ਨਾ ਮਾਰਕੀਟਿੰਗ ਦੇ ਵਿੱਚ ਤਾਂ ਮੁਕਾਬਲੇਬਾਜ਼ੀ ਵਾਸਤੇ ਵੀ ਤੁਹਾਨੂੰ ਤਿਆਰ ਹੋਣਾ ਪਏਗਾ ਤਾਂ ਇਸੇ ਬਾਬਤ ਪੂਰਾ ਸਿੰਘ ਨੇ ਕਮੈਂਟ ਆਇਆ ਕਿ ਮਿੰਟੂ ਜੀ ਨਰਮਾ ਤਾਂ ਇਸ ਸਾਲ 5 ਮਣ ਕਿਲੇ ਦਾ ਵੀ ਨਹੀਂ ਹੋਇਆ 30 ਸਾਲਾਂ ਦਾ ਤਾਂ ਦੂਰ ਗੱਲ ਹੈ ਕਹਿੰਦੇ ਉਹੀ ਹਨ ਡਿਗ ਰਿਹਾ ਦੇਖੋ ਉਹਦੇ ਚ ਬਥੇਰਾ ਖੁਸ਼ ਹੈ ਕਿ ਇਹਨਾਂ ਨੇ ਰਿਪਲੇਸ ਕੀਤਾ ਸੀ ਦੇਸੀ ਨਰਮੇ ਨੂੰ ਬੀਟੀ ਦੇ ਨਾਲ ਸਾਨੂੰ ਸੁਪਨੇ ਵਗਾਏ ਗਏ ਸੀਗੇ بڑے ਸੁਪਨੇ ਵਗਾਏ ਕੇ ਦੇਖੋ ਜੀ ਬੀਟੀ ਦਾ ਝਾੜਤੀ ਤੋਂ ਮਰਦਾ ਨਹੀਂ ਹੈ ਮੈਨੂੰ ਅੱਜ ਵੀ ਯਾਦ ਹੈ ਅਮਰੀਕਨ ਸੁੰਡੀ ਨੇ ਸਾਡੇ ਇਲਾਕੇ ਦੀ ਤਬਾਹੀ ਕਰ ਦਿੱਤੀ ਉਸ ਟਾਈਮ ਮਤਲਬ ਕਿ ਖੁਦਕੁਸ਼ੀਆਂ ਤੇ ਚਲੋ ਨਹੀਂ ਸੀ ਇੰਨੀਆਂ ਸੁਣੀਆਂ ਸੀ ਪਰ ਲੋਕ ਰੋਂਦੇ ਹੁੰਦੇ ਸਨ ਘਰਾਂ ਚ ਵੜ ਕੇ ਪਰਿਵਾਰਾਂ ਚ ਬਹਿ ਕੇ ਤਾਂ ਉਸ ਤੋਂ ਬਾਅਦ ਲਗਾਤਾਰ ਜਦੋਂ ਕੁਝ ਫਸਲਾਂ ਖਰਾਬ ਹੋਈਆਂ ਸੇਮ ਆ ਗਈ ਖਾਸ ਤੌਰ ਤੇ ਸਾਡੇ ਏਰੀਆ ਚ ਤਾਂ ਲੋਕ ਟੁੱਟ ਗਏ ਸਨ ਆਰਥਿਕ ਤੌਰ ਤੇ ਪਰੰਤੂ ਫੇਰ ਕੀ ਹੋਇਆ ਕਿ بی ٹی ਦਾ ਸੁਫਨਾ ਇਹਨਾਂ ਨੇ ਦਿਖਾਇਆ ਸਾਨੂੰ ਕਿ بی ٹی ਬੀਜ ਲੋ ਜੀ ਇਹਦੇ ਨਾਲ ਕੀ ਹੈ ਕਿ ਤੁਹਾਨੂੰ ਸਪ੍ਰੇਆਂ ਨਹੀਂ ਕਰਨੀਆਂ ਪੈਣਗੀਆਂ ਸੁੰਡੀ ਨਹੀਂ ਪਵੇਗੀ ਤੇ ਝਾੜੇ ਦਾ 20 ਤੋਂ 30 ਦੇ ਦਰਮਿਆਨ ਮਤਲਬ ਕਿ ਆਰਾਮ ਨਾਲ ਹੀ ਰਹਿਣਾ ਬਹੁਤ ਪ੍ਰਚਾਰ ਹੋਇਆ ਇਸ بی ٹی ਦਾ ਤਾਂ ਹਾਂਜੀ ਉਹ بی ٹی ਅਸੀਂ ਬੀਜ ਲਿਆ بی ٹی ਨੂੰ ਅਪਣਾ ਲਿਆ ਤੇ ਉਹਦੇ ਨਾਲ ਕੀ ਹੋਇਆ ਕਿ ਉਹ ਜਿਵੇਂ ਨਾ ਇੱਕ ਕਹਾਵਤ ਹੈ ਕਹਿੰਦੇ ਕੋਈ ਕੁੱਤੀ ਸੀਗੀ ਕੋ ਕੁੱਤੀ ਸੀਗੀ ਬੜੀ ਲਾਡ ਨਾਲ ਰੱਖੀ ਸੀਗੀ ਤੇ ਇੱਕ ਦਿਨ ਉਹਨੂੰ ਝੱਲ ਚੜਿਆ ਕਿ ਮੈਂ ਗੋਲਾ ਖਾ ਕੇ ਆਉਣੀ ਆਂ ਨੇ ਗੋਲਾ ਸਮਝਦੇ ਜੀ ਜੀ ਆ ਤੂਤ ਨੂੰ ਜਿਹੜੀਆਂ ਲੱਗਦੀਆਂ ਹੁੰਦੀਆਂ ਅੱਛਾ ਉਹਨੇ ਆਖਿਆ ਨਾਲ ਦਾ ਜਿਹੜਾ ਗਵੰਡੀਆਂ ਦਾ ਕੁੱਤਾ ਸੀਗਾ ਫਰੈਂਡ ਸੀਗਾ ਉਹਦਾ ਕਿ ਗੋਲਾ ਖਾਣ ਚਲੀ ਉਹਨੇ ਆਖਿਆ ਨਹੀਂ ਗੋਲਾ ਵਾਲਾ ਮਾਮਲਾ ਜਿਹੜਾ ਭਈ ਮੈਨੂੰ ਨਹੀਂ ਪੁੱਗਦਾ ਤੂੰ ਕੱਲੀ ਚਲੀ ਜਾ ਅੱਛਾ ਉਹ ਚਾਈ ਚਾਈ ਤੂਤ ਦੇ ਥੱਲੇ ਜਾ ਕੇ ਬਹਿ ਗਈ ਸਵੇਰ ਤੋਂ ਬੈਠੀ ਵੀ ਗੋਲ ਥੱਲੇ ਡਿੱਗੇਗੀ ਤੇ ਮੈਂ ਖਾਵਾਂਗੀ ਮਿੱਠੀ ਮਿੱਠੀ ਗੋਲ ਤਨਪਤ ਨਾਲ ਖੱਟ ਮਿੱਠੀ ਜਿਬੜੀ ਸੁਆਦੀ ਹੁੰਦੀ ਹੈ ਜੀ ਸ਼ਾਮ ਪੈ ਗਈ ਹਨੇਰਾ ਹੋ ਗਿਆ ਹਵਾ ਵਗੀ ਨਹੀਂ ਕੁੱਤੀ ਨੂੰ ਭੁੱਖ ਲੱਗੀ ਤੇ ਵਾਪਸ ਆ ਗਈ ਜਦ ਨੂੰ ਘਰ ਆਈ ਤੇ ਮਾਲਕ ਦਾ ਸਾਰਾ ਟੰਬਰ ਖਾ ਪੀ ਕੇ ਸੁੱਤਾ ਸੀ ਮਤਲਬ ਉਧਰੋਂ ਵੀ ਰਹਿ ਗਏ ਤੇ ਉਧਰੋਂ ਵੀ ਰਹਿ ਗਏ ਕਈ ਵਾਰ ਕਹਾਣੀ ਜਿਹੜੀ ਹੈ ਨਾ ਉਹ ਇਸ ਪੱਖ ਤੋਂ ਵੀ ਵੇਖੀ ਜਾਣੀ ਹੈ ਚਾਹੀਦੀ ਹੈ ਕਿ ਅਸੀਂ ਕਿਤੇ ਉਧਰੋਂ ਵੀ ਨਾ ਰਹਿ ਜਾਈਏ ਤੇ ਉਧਰੋਂ ਵੀ ਨਾ ਰਹਿ ਜਾਈਏ ਜੀ ਇਹ ਵੀ ਦਿੱਕਤ ਹੁੰਦੀ ਹੈ ਨਾ ਜੀ ਖੈਰ ਮੁੱਦਾ ਕੁ ਵੀ ਰਹਿ ਗਿਆ ਤੇ ਹੁਣ ਦੱਸੋ ਜੀ ਇਸੇ ਬਾਰੇ ਕਿ ਜਗਸੀਰ ਸਿੰਘ ਦਾ ਕਮੈਂਟ ਵੀ ਆ ਜਗਸੀਰ ਸਿੰਘ ਦਾ ਜੋ ਜੀਐਮ ਸਾਨੂੰ ਲੈ ਕੇ ਬੜੀ ਚਰਚਾ ਹੋ ਰਹੀ ਆ ਉਹੀ ਹੈ ਨਾ ਕਿ ਗੱਲ ਫੇਰ ਮੈਂ ਤੁਹਾਨੂੰ ਦੱਸਦਾ ਰਿਹਾ ਕਿ ਅਸੀਂ ਰਹਿ ਗਏ ਸਾਨੂੰ ਸੁਪਨੇ ਦਿਖਾਏ ਅਸੀਂ ਬੀਟੀ ਵੀਚ ਲਿਆ ਤੇ ਉਹ ਦੇਸੀ ਵਾਲਾ ਘਵਾ ਲਿਆ ਵੀ ਜੀ ਅੱਜ ਅਸੀਂ ਹੁਣ ਦੇਸੀ ਬੀਜ ਨਾ ਹੋਵੇ ਤਾਂ ਕਿੱਥੋਂ ਲਿਆਵਾਂਗੇ ਮਿਲਦੇ ਆਂ ਜੀ ਇਦਾਂ ਹੀ ਜੀਐਮ ਵਾਲੇ ਆ ਗਏ ਉਹ ਉਹ ਕਹਿੰਦੇ ਕਿ ਵੇਖੋ ਹਜ਼ੂਰ ਆਪਣਾ ਝਾੜ ਬਹੁਤ ਹੋਏਗਾ ਫਲਾਓ ਇਕ ਟਮਕਾਂ ਕੱਖ ਨਹੀਂ ਹੋਏਗਾ ਤੁਹਾਡਾ ਝਾੜ ਸੁਪਨੇ ਨੇ ਬਸ ਬੀਆਂ ਤੇ ਕੰਟਰੋਲ ਦੀ ਹਜ਼ੂਰ ਇੱਕ ਖੇਡ ਹੈ ਇਹ ਦਮ ਦਮ ਕਰਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਨਕਲੀ ਇਹ ਇਹ ਹੁੰਦਾ ਮਲਟੀਨੇਸ਼ਨਲ ਕੰਪਨੀਆਂ ਦੀ ਗੇਮ ਹੁੰਦੀ ਹੈ ਬਹੁਤ ਜ਼ਬਰਦਸਤ ਗੇਮ ਹੈ ਇਹ ਸਾਰੇ ਬੀਆਂ ਨੂੰ ਕੰਟਰੋਲ ਕਰ ਰਹੇ ਨੇ ਹੌਲੀ ਹੌਲੀ ਜਿਹਦੇ ਕੋਲ ਬੀ ਹੈ ਅਸਲ ਚ ਹਜ਼ੂਰ ਖੇਤੀ ਉਹਦੀ ਹੈ ਜੀ ਤੁਹਾਨੂੰ ਅੱਜ ਨਰਮੇ ਦਾ ਬੀਜ ਨਾ ਮਿਲੇ ਕਿੱਥੋਂ ਨਰਮਾ ਬੀਜੋਗੇ ਤੁਸੀਂ ਤੁਹਾਡੇ ਘਰ ਜਿੱਤੇ ਬੜੇਵੇਂ ਮੈਨੂੰ ਨਹੀਂ ਲੱਗਦਾ ਸੇਰ ਵੀ ਕਿਸੇ ਨੇ ਰੱਖਿਆ ਹੋਣਗੇ ਕਦੇ ਤੇ ਕਿੱਥੇ ਬੜੇਵੇਂਆਂ ਦੀ ਖਾਲ ਅਸੀਂ ਹੱਥੀ ਬਣਵਾਈ ਹੋਈ ਹੈ ਪਸ਼ਵਾ ਨੂੰ ਬੜੇਵੇਂਆਂ ਦੀ ਖਾਲ ਚਾਰਦਾ ਸੀ ਆਹ ਏਰੀਆ ਤੋਂ ਗੱਲ ਇਹ ਹੈ ਕਿ ਬਥੇਰਾ ਕੁਝ ਸੀਗਾ ਅਸੀਂ ਉਹ ਵੀ ਕੁਆ ਲਿਆ ਹਿੱਦਰੋਂ ਵੀ ਕੁਝ ਹਾਸਲ ਨਹੀਂ ਹੋਇਆ ਜੇ ਤੁਸੀਂ ਦੇਖੋਗੇ ਅਰਜੀਵ ਗਾਂਧੀ ਦੇਖੋ ਮੈਂ ਵਾਰ-ਵਾਰ ਕਹਿੰਨਾ ਨਾ ਕਿ ਲੀਡਰ ਚ ਗੁਣ ਵੀ ਹੁੰਦੇ ਔਗਣ ਵੀ ਹੁੰਦੇ ਉਦੇ ਪੱਲੇ ਸਫਲਤਾਵਾਂ ਵੀ ਹੁੰਦੀਆਂ ਸਫਲਤਾਵਾਂ ਵੀ ਹੁੰਦੀਆਂ 1985 ਚ ਵੀ ਇਸੇ ਤਰ੍ਹਾਂ ਦੀ ਬਹਿਸ ਛਿੜੀ ਹੋਈ ਸੀ ਤਾਂ ਉਸ ਸਮੇਂ ਕੀ ਸੀਗਾ ਕਿ ਇਹਨਾਂ ਨੇ ਪੀਲੀ ਕ੍ਰਾਂਤੀ ਦਾ ਨਾਅਰਾ ਦਿੱਤਾ ਸੀਗਾ ਤੇ 90 ਦਾ ਦਹਾਕਾ ਚੜ੍ਹਦਿਆਂ ਚੜ੍ਹਦਿਆ ਇੰਡੀਆ ਦੀ ਜਿੰਨੀ ਡਿਮਾਂਡ ਸੀਗੀ ਤੇਲ ਦੀ ਸਾਰੀ ਪੂਰੀ ਹੋ ਗਈ ਸੀ ਕਿਉਂਕਿ ਰਕਬਾ ਵਧਾਤਾ ਇਹਨਾਂ ਨੇ ਤੁਸੀਂ ਉਧਰੋਂ ਭਾਅ ਵਧਾ ਦਿਓ ਸਰੋਂ ਦਾ ਰਕਬਾ ਦੇਖੋ ਲੋਕਾਂ ਨੇ ਆਪ ਹੀ ਵਧਾ ਦੇਣਾ ਜੀ ਐਤਕੀ ਵੀ ਆਪਾਂ ਜੇ ਦੇਖੀਏ ਤੇ ਸਾਡੇ ਪੰਜਾਬ ਚ ਵੀ ਸਰੋਂ ਦਾ ਰਕਬਾ ਵਧਿਆ ਐਤਕੀ ਥੋੜਾ ਜਿਹਾ ਤੁਸੀਂ ਕਿਸਾਨ ਨੂੰ ਉਤਸ਼ਾਹਤ ਕਰੋ ਭੱਲੇ ਭੱਲੇ ਕਰਦਾ ਹੈਗਾ ਉਹ ਅਰ ਦੂਜੀ ਗੱਲ ਇਹ ਕਿ ਸਰੋਂ ਤੇ ਤਾਂ ਪਹਿਲਾਂ ਹੀ ਅਡਾਨੀ ਦੀ ਅੱਖ ਹਰਿਆਣੇ ਚ ਕਿੰਨੀ ਸਰੋਂ ਜਿਹੜੀ ਅਡਾਨੀ ਉਗਾਉਂਦਾ ਉਹਦਾ ਆਪਣਾ ਤੇਲ ਹੈ ਜਿਹੜਾ ਕਿਹੜਾ ਉਹਨੂੰ ਕੀ ਕਹਿੰਦਾ ਹੈ ਉਹ ਤੇਲ ਦਾ ਨਾਮ ਐਫ ਤੇ ਸ਼ੁਰੂ ਹੁੰਦਾ ਹੈ ਫੋਰਚੂਨ ਫੋਰਚੂਨ ਤੇਲ ਉਹ ਕਹਿੰਦਾ ਵੀ ਇਹ ਤੇਲ ਪੀ ਕੇ ਫੋਰਚੂਨਰ ਖਰੀਦ ਲਿਓ ਤੁਸੀਂ ਜੀ ਤਾਂ ਮਤਲਬ ਕਿ ਉਹ 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 ਤਾਂ ਪਹਿਲਾਂ ਹੀ ਅੱਖ ਰੱਖੀ ਬੈਠੇ ਸੀਗੇ ਹੁਣ ਬੀਆ ਵਾਲੀ ਖੇੜ ਆ ਗਈ ਤਾਂ ਫਿਰ ਮੁੜ ਕੇ ਤੁਹਾਨੂੰ ਸੇਠ ਹੀ ਦਿਆ ਕਰਨਗੇ ਕਿ ਬੀ ਸਾਡੇ ਕੋਲ ਹੈਗਾ ਆ ਲੈ ਲੈ ਜੀ ਐਮ ਬੀਜ ਨਹੀਂ ਤੇ ਬੈਠਾ ਰਹਿ ਇੱਥੇ ਭਾਈ ਤੇਰੇ ਕੋਲ ਤਾਂ ਦੇਸੀ ਸਰੋਂ ਨਹੀਂ ਰਹੇਗੀ ਜੀ ਠੰਡ ਠੰਡ ਗੋਪਾਲ ਤੇਰੇ ਕੋਲ ਦੇਸੀ ਨਰਮਾ ਵੀ ਨਹੀਂ ਰਹਾ ਦੇਸੀ ਸਰੋਂ ਵੀ ਨਹੀਂ ਰਹੇਗੀ ਤੇ ਜੀ ਐਮ ਬਣਾ ਲਓ ਤੇ ਸਾਕਾ ਦਾ ਖਾਓਗੇ ਕਿਉਂਕਿ ਉਹਨਾਂ ਪੌਦਿਆਂ ਦੇ ਵਿੱਚ ਉਹ ਤਾਂ ਜੈਨੇਟਿਕਲੀ ਮੋਡੀਫਾਈਡ ਹੁੰਦੇ ਆ ਨਾ ਉਹਨਾਂ ਦੇ ਵਿੱਚ ਤਾਂ ਤੱਤ ਹੀ ਨਹੀਂ ਰਹਿਣੇ ਉਹਨਾਂ ਦੇ ਵਿੱਚ ਤਾਂ ਰਸਾਇਣ ਆ ਜਾਣਗੇ ਨਾ ਮੱਕੀ ਦੀ ਰੋਟੀ ਦੀ ਸੋਸਾਕ ਤੁਨਾ ਭੂਰ ਕਿਤਾਬਾਂ ਚ ਪੜ ਲਿਆ ਕਰੋ ਵੀਡੀਓ ਦੇਖ ਲਿਆ ਕਰੋ ਚੰਨੀ ਦੀ ਵੀਡੀਓ ਪਈ ਹੋਇਆ ਕਰੇਗੇ ਉੱਥੇ ਸਾਖਾਂ ਦੇ